ਅਸਲਾਮ ਅਲੈਕੁਮ ਦੋਸਤੋ, ਚੈਨਲ ਸਾਡਾ ਦੇਸ਼ ਪੰਜਾਬ। ਅੱਜ ਅਸੀਂ ਪਹੁੰਚੇ ਹਾਂ ਚੱਕ ਨੰਬਰ 106 10R, ਤਹਿਸੀਲ ਜਹਾਨੀਆਂ। ਇਹ ਤਹਿਸੀਲ ਜਹਾਨੀਆਂ ਤੋਂ ਪਹਾੜ ਵਾਲ ਦੇ ਪਾਸੇ ਤਕਰੀਬਨ ਕੋਈ 4-5 ਕਿਲੋਮੀਟਰ 'ਤੇ ਇਹ ਪਿੰਡ ਆ। ਇਹ ਪਿੰਡ ਸਾਰਾ ਜਿਹੜੇ ਲੋਕ ਚੜ੍ਹਦੇ ਪੰਜਾਬ ਤੋਂ ਆਏ ਉਹ ਹੀ ਇੱਥੇ ਆ ਕੇ ਵਸੇ ਆ। ਮੁਕਾਮੀ ਬੰਦਾ ਇਸ ਪਿੰਡ ਦੇ ਵਿੱਚ ਵੀ ਕੋਈ ਨਹੀਂ। ਇੱਥੇ ਜਨਾਬ ਆਪਣੇ ਇੱਕ ਬਜ਼ੁਰਗ ਨੇ ਨੂਰ ਮੁਹੰਮਦ ਸਾਹਿਬ, ਉਹਨਾਂ ਨਾਲ ਅੱਜ ਮੁਲਾਕਾਤ ਆ। ਉਹਨਾਂ ਦੇ ਨਾਲ ਅੱਜ ਮੁਲਾਕਾਤ ਕਰਕੇ ਤੁਹਾਡੇ ਰੂਬਰੂ ਕਰਾਉਂਦੇ ਹਾਂ ਅਤੇ ਕਰਦੇ ਉਹਨਾਂ ਨਾਲ ਮੁਲਾਕਾਤ। ਅਸਲਾਮ ਅਲੈਕੁਮ ਭਾਈ ਸਾਹਿਬ। ਵਾਲੇਕੁਮ ਸਲਾਮ। ਕੀ ਹਾਲ ਚਾਲ ਆ? ਅਲਹਮਦੁਲਿਲਾ, ਠੀਕ ਠਾਕ ਹੋ? ਅੱਲਾ ਦਾ ਸ਼ੁਕਰ। ਤਬੀਅਤ ਸਿਹਤ ਠੀਕ ਆ? ਹਾਂਜੀ ਠੀਕ ਆ। ਕੀ ਨਾਮ? ਨੂਰ ਮੁਹੰਮਦ। ਅੱਛਾ, ਤੇ ਆਪਣੇ ਬਜ਼ੁਰਗਾਂ ਦਾ ਕੀ ਨਾਮ ਸੀ? ਨਿਜ਼ਾਮਦੀਨ। ਅੱਛਾ, ਦਾਦੇ ਦਾ ਨਾਮ ਸੀਗਾ ਅਬਦੁੱਲਾ। ਦਾਦੇ ਦਾ ਨਾਮ ਅਬਦੁੱਲਾ। ਤੇ ਆਪਣੀ ਬਰਾਦਰੀ ਕਿਹੜੀ ਹੈ? ਰਾਈ। ਅੱਛਾ ਅੱਛਾ, ਅੱਜ ਗੱਲਾਂ ਕਰਨੀਆਂ ਤੁਹਾਡੇ ਨਾਲ ਪਿਛਲੀਆਂ ਦੇਸ਼ ਦੀਆਂ। ਅੱਛਾ, ਦੇਸ਼ ਦੀਆਂ ਗੱਲਾਂ ਯਾਦ ਆ ਕੁਛ? ਸਹੀ, ਹਾਂ ਕੁਛ ਹੈਗੀਆਂ ਕੁਛ ਨਹੀਂ ਸੀ। ਚਲੋ ਜਿਹੜੀਆਂ ਹੈਗੀਆਂ ਉਹੀ ਦੱਸ ਦਿਓ। ਆਹੋ, ਤੇ ਆਪਣਾ ਕਿਹੜਾ ਸੀ ਜ਼ਿਲ੍ਹਾ ਪਿੱਛੇ? ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ, ਪਿੰਡ ਵੱਡਾ ਕਿਸ਼ਨਪੁਰਾ। ਬਸ। ਅੱਛਾ ਅੱਛਾ, ਇਹ ਜਿਹੜਾ ਵੱਡਾ ਕਿਸ਼ਨਪੁਰਾ ਸੀ, ਹਾਂਜੀ, ਇਹਦੇ ਨਾਲ ਨਾਲ ਕਿਹੜੇ ਪਿੰਡ ਸੀ? ਇਹਦੇ ਨਾਲ ਪਿੰਡ ਸੀਗੇ ਇੱਕ ਥਿਆੜਾ, ਇੱਕ ਕੋਕਰੀ, ਅਤੇ ਇੱਕ ਆਪਣੇ ਸੀਗਾ ਇੰਦਗੜ। ਇੰਦਗੜ, ਹਾਂਜੀ। ਅੱਛਾ ਅੱਛਾ, ਇਹ ਬਜ਼ੁਰਗੋ ਇਹ ਦੱਸੋ, ਹਾਂਜੀ, ਵੀ ਇਹ ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਇਹ ਬਹੁਤ ਤਗੜਾ ਪਿੰਡ ਸੀਗਾ, ਇਹ ਤਾਂ ਕੋਈ ਹੋਊਗਾ 2-3 ਮਰਬਿਆਂ 'ਚ। ਅੱਛਾ, 2-3 ਮਰਬਿਆਂ 'ਚ ਵੱਡਾ ਪਿੰਡ ਸੀ। ਹਾਂਜੀ ਹਾਂਜੀ, ਠੀਕ ਹੋ ਗਿਆ। ਕਿੰਨੇ ਕੁ ਨੰਬਰਦਾਰ ਸੀ? 12-13 ਨੰਬਰਦਾਰ ਸੀ। 12-13 ਨੰਬਰਦਾਰ ਸੀ, ਹਾਂਜੀ ਹਾਂਜੀ। ਇਹਦਾ ਮਤਲਬ ਆ ਵੀ ਫਿਰ ਤੇ ਇਹ ਤਾਂ ਬਹੁਤ ਵੱਡਾ, ਇਹ ਤਾਂ 3 ਮਰਬਿਆਂ ਤੋਂ ਵੀ ਜ਼ਿਆਦਾ, ਕੋਈ 4 ਮਰਬਿਆਂ 'ਚ ਪਿੰਡ ਹੋਣਾ। ਇੱਦਾਂ ਹੀ ਹੋਊਗੀ, ਹਾਂਜੀ, ਇੱਦਾਂ ਹੀ ਹੋਊਗੀ। ਮੈਂ ਜਿੰਨਾ ਕੁ ਅੰਦਾਜ਼ਾ ਨਾ ਉਹਨਾਂ ਕੁ ਤੁਹਾਨੂੰ ਦੱਸਣਾ। ਅੱਛਾ ਅੱਛਾ, ਹਾਂ। ਇਹ ਉਦੋਂ ਆਪਣੀ ਉਮਰ ਕਿੰਨੀ ਕੁ ਸੀ? ਮੇਰੀ ਉਦੋਂ 68 ਸਾਲ ਦੀ। ਉਸ ਪਿੰਡ 'ਚ ਸਕੂਲ ਵੀ ਸੀਗਾ? ਹਾਂ। ਕਿੰਨੀਆਂ ਜਮਾਤਾਂ ਦਾ ਸਕੂਲ? ਸਕੂਲ 8 ਜਮਾਤਾਂ ਦਾ ਸੀਗਾ, ਅਤੇ ਮੈਂ ਮਗਰ ਗਿਆ 5-4 ਦਿਨ। 5-4 ਦਿਨ, ਫਿਰ ਕਿਉਂ ਨਹੀਂ ਗਏ? ਫਿਰ ਮੈਂ ਉਜਾੜ ਪੈ ਗਈ। ਅੱਛਾ ਅੱਛਾ, ਰੋਲੇ ਪੈ ਗਏ। ਹਾਂ, ਰੋਲੇ ਪੈ ਗਏ, ਫਿਰ ਵੱਢ ਵਟਿੰਜਾ ਹੋਣ ਲੱਗ ਗਿਆ। ਉਹ ਵੀ ਵੱਢ ਵਟਈਏ ਵਾਲੀ ਗੱਲ ਵੀ ਆਪਾਂ ਪੁੱਛਦੇ ਹਾਂ। ਪਏ। ਅੱਛਾ, ਤੇ ਨੰਬਰਦਾਰ ਸੀ, ਹੋਰ ਕੀ ਤੁਸੀਂ ਦੱਸਦੇ? ਬਈ ਪੁਲਿਸ ਚੌਕੀ ਵੀ ਸੀਗੀ? ਹਾਂ, ਸਾਰਾ ਕੁਝ ਉੱਚਾ ਹੀ ਸੀਗਾ। ਦੱਸੋ ਤਾਂ ਕੀ ਕੀ ਸੀ? ਨੰਬਰਦਾਰ ਸੀ, ਹੋਰ ਕੀ ਸੀ? ਨੰਬਰਦਾਰ ਸੀ, ਹਵਾਲਦਾਰ ਸੀ। ਅੱਛਾ, ਹਵਾਲਦਾਰ ਸੀ, ਹੋਰ? ਹਾਂ, ਤੇ ਚੌਂਕੀਦਾਰ ਵਿੱਚ ਤੁਰੇ। ਚੌਂਕੀਦਾਰ ਸੀਗਾ? ਹਾਂ, ਦੋ ਤਿੰਨ ਚੌਂਕੀਦਾਰ ਸੀਗੇ। 2-3 ਚੌਂਕੀਦਾਰ ਸੀਗੇ, ਠੀਕ ਠੀਕ ਠੀਕ। ਅੱਛਾ, ਹੋਰ ਸੁਣਾਓ ਕੋਈ ਉੱਥੋਂ ਦੀ ਗੱਲਬਾਤ। ਮੇਲਾ ਕੋਈ ਲੱਗਦਾ ਸੀ ਉੱਥੇ? ਮੇਲਾ ਆਪਣੇ ਕਿਸ਼ਨਪੁਰੇ ਦਾ ਵੱਡਾ ਮੇਲਾ ਲੱਗਦਾ ਸੀ। ਬਹੁਤ। ਕਿੱਡਾ ਕੁ ਵੱਡਾ ਮੇਲਾ ਸੀ? ਬਹੁਤ ਤਗੜਾ ਮੇਲਾ ਲੱਗਦਾ ਸੀ। ਉੱਥੇ ਕਬੱਡੀਆਂ, ਉਰਾਂ ਪਰਾਂ ਸਾਰਾ ਕੁਛ ਹੁੰਦਾ ਸੀ। ਥੋੜ੍ਹਾ ਜਿਹਾ ਉੱਚਾ ਬੋਲੋ। ਕਬੱਡੀਆਂ ਹੁੰਦੀਆਂ ਸੀ, ਤੁਸੀਂ ਜਾਂਦੇ ਰਹੇ ਮੇਲਾ ਦੇਖਣ? ਹਾਂ, ਬਿਲਕੁਲ ਜਾਂਦੇ ਰਹੇ। ਹਾਂਜੀ ਹਾਂਜੀ, ਜ਼ਰਾ ਖੜਕ ਕੇ ਬੋਲ ਬਾਬਾ, ਹਾਲੇ ਤਾਂ ਚੰਗਾ ਭਲਾ ਤਗੜਾ ਪਿਆ ਤੂੰ, ਸਾਡੇ ਨਾਲੋਂ ਤਾਂ ਤਗੜਾ ਹੀ ਆ। ਅੱਛਾ, ਸਹੀ ਸਹੀ। ਤੇ ਉੱਥੇ ਇਸ ਚੰਗਾ ਵੱਡਾ ਮੇਲਾ ਸੀ? ਬਿਲਕੁਲ ਵੱਡਾ ਮੇਲਾ ਸੀ। ਸਹੀ। ਤੇ ਹੋਰ ਆਪਣਾ ਪਿੰਡ ਦੀ ਕੋਈ ਖਾਸ ਗੱਲ? ਖਾਸ ਗੱਲ ਇਹੀ ਵੀ ਆਈ, ਮੈਂ ਉਦੋਂ ਨਿਆਣਾ ਸੀ, ਪਿਓ ਮੇਰਾ ਬੱਕਰੀ ਬੱਕਰੀ ਚਾਰਦਾ ਸੀ, ਇਹਨਾਂ ਜੱਟਾਂ ਦੇ ਨਾਲ ਹੀ ਰਹਿੰਦਾ ਸੀ। ਹਾਂ, ਉੱਥੇ ਕਿ ਤੁਹਾਡੇ ਜਿਹੜੇ ਹਾਣਦੇ ਸੀਗੇ ਜੱਟਾਂ ਦੇ ਮੁੰਡੇ ਸਿੱਖਾਂ ਦੇ, ਜਿਹਨਾਂ ਦੇ ਨਾਲ ਤੁਸੀਂ ਖੇਡਦੇ ਖੂਡਦੇ ਸੀ, ਜਾਂ ਸਕੂਲ ਵੀ 2-4 ਦਿਨ ਤੁਸੀਂ ਦੱਸਿਆ ਗਏ ਆ, ਕਿਸੇ ਦਾ ਨਾਂ ਯਾਦ? ਨਾ, ਉਹ ਭੁੱਲੇ ਭੱਲੇ ਪਏ, ਉਹ ਨਹੀਂ ਚੇਤਾ ਤਾਂ ਕਰ ਬਾਬਾ, ਸ਼ਾਇਦ ਕਿਸੇ ਦਾ ਆ ਜੇ। ਨਹੀਂ, ਉਹ ਨਹੀਂ ਯਾਦ ਹੋਣ। ਅੱਛਾ, ਉਹ ਜਿਹੜੇ 10-12 ਨੰਬਰਦਾਰਾਂ ਦਾ ਨਾਂ ਲਿਆ, ਉਹਨੇ ਕਰਾਂਚ ਇੱਧਰ ਆ ਕੇ ਕਰਾਂਚ ਸ਼ਰੀਫ ਪੜਿਆ, ਉਹ ਵੀ ਅਗਲੇ ਭੁੱਲ ਗਏ ਕਈ। ਅੱਛਾ, ਤੁਸੀਂ ਕਰਾਂਚ ਸ਼ਰੀਫ ਇੱਧਰ ਆ ਕੇ ਪੜਿਆ? ਤੇ ਉਹ ਆਪਣਾ ਜਿਹੜੇ 10-12 ਨੰਬਰਦਾਰ ਸੀ, ਉਹ ਸਾਰੇ ਸਿੱਖਾਂ ਦੇ ਸੀ ਜਾਂ ਮੁਸਲਮਾਨਾਂ ਦੇ ਸੀ? ਇਹ ਪੱਕ ਨਹੀਂ ਮੈਨੂੰ, ਕਿਸੇ ਇੱਕ ਅੱਧੇ ਨੰਬਰਦਾਰ ਦਾ ਨਾਂ ਯਾਦ ਹੋਵੇ? ਨਹੀਂ, ਪੱਕ ਨਹੀਂ। ਐਵੇਂ ਹੁਣ ਝੂਠ ਮਾਰੀਏ? ਝੂਠ ਨਹੀਂ ਮਾਰਨਾ ਚਾਹੀਦਾ। ਆ ਨਹੀਂ ਨਹੀਂ, ਝੂਠ ਕਿਉਂ ਮਾਰਨਾ? ਆਪਾਂ ਕਿਹਨੂੰ ਕੋਈ ਜ਼ਬਰਦਸਤੀ ਹੈ? ਝੂਠ ਨਹੀਂ ਮਾਰਨਾ, ਨਹੀਂ ਸੱਚ ਜਿਹੜੀ ਉਹੀ ਦੱਸਣਾ। ਤੇ ਇਹ ਚਾਰ ਚਫੇਰੇ ਕਿਹੜੇ ਕਿਹੜੇ ਪਿੰਡ ਸੀ, ਦੁਬਾਰਾ ਫੇਰ ਦੱਸਣਾ ਜ਼ਰਾ? ਇਹ ਇੰਦਗੜ, ਥਿਆੜਾ ਤੇ ਕੋਕਰੀ। ਇਹ ਕਿੰਨੇ ਕੁ ਦੂਰ ਸੀ ਤੁਹਾਡੇ ਤੋਂ? ਇਹ ਹੈ ਸੀ ਥੋੜ੍ਹੀ ਥੋੜ੍ਹੀ, ਜਿਵੇਂ ਆਪਾਂ ਨੂੰ ਇੱਥੋਂ 5 ਆ, ਤੇ 5 ਲਾ ਲਓ, 10 ਲਾ ਲਓ, ਤੇ ਇੱਧਰ 7 ਲਾ ਲਓ, ਇੱਧਰ 7 ਲਾ ਲਓ, ਯਾਨੀ ਕਿ ਹੋ ਗਿਆ 3-3, 4-4 ਕਿਲੋਮੀਟਰ ਹੋ ਗਿਆ। ਆਹਾ, ਇਹਨਾਂ ਸੀ ਨਾ, ਉਦੋਂ ਤਾਂ ਮੀਲ ਹੁੰਦੇ ਸੀ 3-3 ਮੀਲ ਘਰ। ਆਹੋ, ਹਾਂਜੀ, ਆਹੋ, ਹਾਂਜੀ, ਇੱਦਾਂ ਹੀ। ਸਹੀ ਸਹੀ ਸਹੀ। ਤੇ ਫਿਰ ਇਹ ਜਦੋਂ ਤੁਸੀਂ ਸਕੂਲ ਜਾਂਦੇ ਸੀ 5-7 ਦਿਨ ਗਏ, ਤੇ ਫਿਰ ਛੱਡ ਦਿੱਤਾ, ਕੀ ਬਣਿਆ?
ਭਾਜੜ ਪੈ ਗਈ। ਅੱਛਾ, ਤੇ ਕਿਵੇਂ ਪਈ ਭਾਜੜ ਤੇ ਭਾਜੜ ਦੀ ਵੀ ਗੱਲ ਸੁਣਾਓ। ਭਾਜੜ ਐਵੇਂ ਪਈ ਵੀ ਰੌਲਾ ਪੈ ਗਿਆ ਤੇ ਜਦੋਂ ਰੌਲਾ ਪੈ ਗਿਆ ਨਾ ਤੇ ਉਦੋਂ ਅੱਗਾਂ ਲੱਗ ਗਈਆਂ ਤੂੜੀਆਂ ਚ। ਅੱਛਾ, ਘਰਾਂ ਚ ਤੇ ਘਰ ਜਿਹੜੇ ਸੀ ਨਾ ਉਹ ਸਾਰੇ ਐਵੇਂ ਹੀ ਕਰ ਦਿੱਤੇ ਵੀ ਧੂੰਏ ਧੂੰਏ ਧੂੰਆਂ ਹੀ ਧੂੰਆਂ। ਠੀਕ ਹੋ ਗਿਆ। ਹਾਂ, ਤੇ ਫਿਰ ਉਹ ਲੱਭਦੇ ਫਿਰਨ ਤੇ ਲੱਭ ਲੱਭ ਕੇ ਫਿਰ ਉਹ ਮਾਰਦੇ ਬੰਦੇ ਉਦੋਂ ਨਿਕਲਦੇ ਸੀ ਤੂੜੀਆਂ ਚੋਂ ਉਦੋਂ ਮਗਰ ਭੱਜ ਕੇ ਮਾਰਦੇ। ਬੰਦੇ ਤੂੜੀਆਂ ਚ ਕੀ ਲੈਣ ਜਾਂਦੇ ਸੀ? ਤੂੜੀਆਂ ਘਰਾਂ ਚ ਪਾਈਆਂ ਸੀ। ਅੱਛਾ, ਘਰਾਂ ਦੇ ਵਿੱਚ ਤੂੜੀਆਂ ਸੀ, ਤੂੜੀ ਨੂੰ ਜਦੋਂ ਅੱਗ ਲਾ ਦਿੰਦੇ ਸੀ। ਹਾਂਜੀ, ਤੇ ਫਿਰ ਜਦੋਂ ਧੂੰਆਂ ਚੜਨਾ ਤੇ ਬੰਦਿਆਂ ਨੇ ਬਾਹਰ ਨਿਕਲਣਾ ਤੇ ਉਹਨਾਂ ਨੇ ਮਾਰ ਦੇਣਾ। ਮਾਰ ਦੇਣੇ। ਠੀਕ। ਇਹ ਪਿੰਡ ਜਿਹੜਾ ਸੀ ਤੁਹਾਡਾ ਵੱਡਾ ਕਿਸ਼ਨਪੁਰਾ, ਹਾਂਜੀ, ਇੱਥੇ ਜ਼ਿਆਦਾਤਰ ਆਬਾਦੀ ਮੁਸਲਮਾਨਾਂ ਦੀ ਸੀ ਕਿ ਸਿੱਖਾਂ ਦੀ ਸੀ? ਇਹ ਤੀਸਰਾ ਹਿੱਸਾ ਸੀਗਾ ਮੁਸਲਮਾਨ, ਬਾਕੀ ਦੋ ਹਿੱਸੇ ਦੋ ਤਿੰਨ ਹਿੱਸੇ ਜਿਹੜੇ ਸੀ ਨਾ ਉਹ ਸੀ ਹਿੰਦ। ਉਹ ਕਿਹਨੇ ਸੀ? ਉਹ ਹਿੰਦੁਸਤਾਨ ਹਿੰਦੂ ਜੀ। ਅੱਛਾ, ਯਾਨੀ ਕਿ ਸਿੱਖ ਹਿੰਦੂ ਵਗੈਰਾ ਜਿਹੜੇ ਸੀਗੇ ਗੈਰ ਮੁਸਲਮ ਲੋਕ ਉਹ ਸੀਗੇ। ਹਾਂਜੀ। ਅੱਛਾ ਅੱਛਾ, ਤੇ ਫਿਰ ਜਦੋਂ ਉੱਥੋਂ ਨਿਕਲੇ ਇੱਕ ਕੰਮ ਸ਼ੁਰੂ ਹੋ ਗਿਆ, ਫਿਰ ਕੀ ਬਣਿਆ ਇਹ ਵੀ ਦੱਸੋ ਜਰਾ। ਫਿਰ ਨਹਿਰ ਨੂੰ ਲੈ ਕੇ ਤੁਰ ਪਏ, ਨਹਿਰ ਤੇ ਜਾ ਕੇ ਤੇ ਫਿਰ ਉੱਥੇ ਤਲਾਸ਼ੀਆਂ ਲਈ ਗਏ ਤੇ ਮਾਰੀ ਗਏ ਤੇ ਇੱਕ ਕਾਫਲਾ ਮਰ ਗਿਆ ਸੀ ਤੇ ਦੂਸਰੇ ਨੂੰ ਲਈ ਜਾਂਦੇ ਸੀ ਤੇ ਉਹ ਤੀਸਰੇ ਨੂੰ ਇਕੱਠਾ ਇਕੱਠਾ ਕਰਕੇ ਤੇ ਤੋਰਨ ਲੱਗੇ ਤੇ ਫਿਰ ਉਹ ਸਾਡੀਆਂ ਪਿੱਛੋਂ ਘੋੜੀ ਆ ਗਈ, ਉਹ ਸਾਨੂੰ ਫਿਰ ਉਹਨੇ ਬਚਾਇਆ। ਘੋੜੀ ਕੀ ਸੀ? ਘੋੜੀ ਤੇ ਸੀਗਾ ਬਾਹਮਣ। ਘੋੜੀ ਤੇ ਬਾਹਮਣ ਸੀ? ਬਾਹਮਣ ਸੀਗਾ। ਅੱਛਾ ਅੱਛਾ, ਬਾਹਮਣ ਉਹਦੇ ਨਾਂ ਦਾ ਪਤਾ? ਬਾਹਮਣ ਦਾ ਅਤਰਾ ਸਿੰਘ ਸੀਗਾ, ਨਹੀਂ ਤੇ ਉਹ ਮੇਰਾ ਸੀਗਾ। ਕੀ ਨਾਂ ਸੀ? ਅਤਰਾ ਸਿੰਘ। ਅਤਰਾ ਸਿੰਘ? ਹਾਂਜੀ। ਅੱਛਾ ਅੱਛਾ, ਤੇ ਉਹਦੇ ਘਰ ਸਾਡਾ ਸਮਾਨ ਸਮੂਹ ਤੇ ਉਹ ਫਿਰ ਸਾਨੂੰ ਕਹਿਣ ਲੱਗਾ ਵੀ ਮੇਰਾ ਬਾਬਾ ਨੂੰ ਕਹਿਣ ਲੱਗਾ ਵੀ ਜਾਓ ਖੇਤ ਲਿਆਓ ਸਾਨੂੰ ਲਿਆ ਕੇ ਦਿਓ। ਉਹਨੇ ਫਿਰ ਖੇਤ ਸਾਨੂੰ ਲਿਆ ਕੇ ਦਿੱਤਾ ਸੀ। ਸਾਡਾ ਘਰ ਦਾ ਸਮਾਨ ਸਾਰਾ ਉਹਦੇ ਘਰ ਸੀਗਾ। ਇਹਦਾ ਮਤਲਬ ਕੋਈ ਚੰਗਾ ਬੰਦਾ ਸੀ? ਉਹਨੇ ਤੁਹਾਨੂੰ ਇਕੱਲਿਆਂ ਨੂੰ ਬਚਾਇਆ ਕਿ ਬਾਕੀ ਦੇ ਨਾਲਿਆਂ ਨੂੰ ਵੀ ਬਚਾਇਆ? ਬਾਕੀ ਸਾਰਾ ਰੁਕ ਗਿਆ ਨਾ ਫਿਰ। ਹਾਂ, ਉਹ ਇਕੱਲਾ ਹੀ ਸੀ? ਇਕੱਲਾ ਹੀ ਸੀ। ਉਹਨੇ ਇਕੱਲੇ ਬੰਦੇ ਨੇ ਸਾਰੇ ਬੰਦਿਆਂ ਨੂੰ ਰੋਕ ਲਿਆ? ਰੋਕ ਲਿਆ, ਰੋਕ ਜਿਹੜੇ ਵੱਢ ਵਢਾਂਗਾ ਕਰਦੇ ਸੀ ਸਾਰਿਆਂ ਨੂੰ ਰੋਕ ਲਿਆ? ਸਾਰਿਆਂ ਨੂੰ ਰੋਕ ਗਿਆ। ਉਹ ਕਿਵੇਂ? ਉਹ ਕੋਈ ਬੰਦਾ ਚੰਗਾ ਚੌਧਰੀ ਬੰਦਾ ਸੀ? ਚੌਧਰੀ ਬੰਦਾ ਹੀ ਹੋਊਗਾ ਜਿਹੜਾ ਵੀ ਅੱਗੋਂ ਬੁਲਾ ਕੇ ਲੈ ਕੇ ਆ ਗਿਆ। ਹਾਂ, ਵੀ ਜਿਹੜੇ ਸਾਰੇ ਉਹਦੇ ਕਹਿਣ ਤੇ ਰੋਕ ਗਏ, ਉਹਦੀ ਗੱਲ ਮੰਨਦੇ ਸੀ ਸਾਰੇ? ਮੰਨਦੇ ਸੀ, ਕਿ ਉਹਦੇ ਕਹਿਣੇ ਤੇ ਵੀ ਮੰਨਿਆ ਤੇ ਉਹ ਮੋੜ ਕੇ ਲੈ ਆਏ। ਏਦਾਂ ਹੋਈ। ਅੱਛਾ, ਉੱਥੋਂ ਮੋੜ ਕੇ ਫਿਰ ਤੁਹਾਨੂੰ ਕਿੱਧਰ ਨੂੰ ਭੇਜਿਆ? ਫਿਰ ਅਸੀਂ ਬਾਬੇ ਜੀ ਦੇ ਮਕਾਨ 'ਚ ਆ ਗਏ। ਬਾਬਾ ਜੀ? ਬਾਬਾ ਜੀ ਜਿਹੜਾ ਸੀ ਮੇਲਾ ਕਰਾਉਂਦਾ। ਅੱਛਾ, ਜਿਹੜੇ ਪੀਰ ਸਾਹਿਬ ਸੀ? ਹਾਂਜੀ ਹਾਂਜੀ, ਉਸ ਪੀਰ ਸਾਹਿਬ ਦੇ ਮੇਲੇ 'ਚ ਉੱਥੇ ਆ ਗਏ ਨਾ ਜਦੋਂ, ਉੱਥੇ ਤਲਾਸ਼ੀ ਲਈ ਉਹਨਾਂ ਨੇ। ਇਹ ਬਾਬਾ ਜੀ ਦੇ ਨਾਂ ਦਾ ਪਤਾ ਨਹੀਂ ਮੈਨੂੰ, ਦਰਬਾਰ ਵਾਲੇ ਸੀ ਜਿਹੜੇ? ਨਹੀਂ, ਪੱਕ ਨਹੀਂ ਹੁਣ ਮੈਨੂੰ। ਅੱਛਾ, ਉਹ ਇਹ ਤਲਾਸ਼ੀ ਲਈ, ਫਿਰ ਤਲਾਸ਼ੀ ਲੈ ਕੇ ਨਾ ਤੇ ਉਦੋਂ ਉਹ ਮੈਨੂੰ ਤਾਂ ਇੰਨਾ ਪਤਾ ਲੱਗਾ ਵੀ ਉਦੋਂ ਚਾਂਦੀ ਦੇ ਰੁਪਈਏ ਸੀ ਤੇ ਉਹ ਜਿਹੜੇ ਘੜਾ ਜਿਹੜਾ ਮੂਹਰਦਾ ਮਾਰਦੇ ਸੀ ਨਾ ਪਲਟਾਉਂਦੇ ਸੀਗੇ ਤੇ ਉਹਦੇ 'ਚੋਂ ਉਹ ਛਣ ਛਣ ਕਰਕੇ ਨਿਕਲ ਜਾਂਦੇ ਸੀ। ਐਡਾ ਬੰਦੇ ਨਾਲ ਉੱਚਾ ਢੇਰ ਲੱਗ ਗਿਆ ਰੁਪਈਆਂ ਦਾ। ਰੁਪਈਆਂ ਦਾ? ਅੱਛਾ ਅੱਛਾ। ਹਾਂ, ਬਾਬੇ ਜੀ ਦੀ ਜੋ ਤਲਾਸ਼ੀ ਲਈ ਆ। ਅੱਛਾ, ਬਾਬਾ ਜੀ ਨੇ ਲਈ ਤਲਾਸ਼ੀ? ਬਾਬਾ ਜੀ ਦੀ ਤਲਾਸ਼ੀ ਲਈ ਸੀ ਉਹਨਾਂ ਨੇ। ਅੱਛਾ, ਬਾਬਾ ਜੀ ਦੀ ਉਹਨਾਂ ਨੇ ਤਲਾਸ਼ੀ ਲਈ? ਉਹਨਾਂ ਨੇ ਲਈ ਸੀ। ਅੱਛਾ, ਉਹਨਾਂ ਨੇ ਬਾਬੇ ਨੂੰ ਵੀ ਮਾਫ ਨਹੀਂ ਕੀਤਾ? ਮੈਂ ਕੀਤਾ। ਚਲੋ, ਬਾਬਾ ਜਾਣੇ ਤੇ ਉਹ ਜਾਣੇ ਸਾਨੂੰ ਕੀ, ਸਾਨੂੰ ਕੀ ਆ। ਹਾਂਜੀ, ਫਿਰ ਫਿਰ ਜੀ ਉਹ ਇੱਕ ਮੇਰੀ ਤਾਈ ਲੱਗਦੀ ਸੀ, ਉਹ ਲਿਆਂਦੀ ਮਾਰਨ ਲੱਗੇ ਗੋਲੀ, ਉਹ ਲੋਕੀ ਤੰਦੂਰ 'ਚ। ਅੱਛਾ, ਜਿਹੜਾ ਵਿੱਚ ਰੋਟੀਆਂ ਪਕਾਉਂਦਾ ਹੁੰਦਾ ਸੀ। ਹਾਂਜੀ, ਮੇਲੇ 'ਚ। ਹਾਂਜੀ, ਤੰਦੂਰ ਠੰਡਾ ਹੀ ਸੀ ਨਾ? ਆਹੋ, ਉਦੋਂ ਠੰਡਾ ਸੀ। ਆਹੋ, ਮੈਂ ਕਿਹਾ ਨਾ ਕਿਤੇ ਗਰਮ ਤੰਦੂਰ ਜੀ ਬਣ ਗਈ। ਉਦੋਂ ਠੰਡਾ ਸੀ, ਉਹ ਜਦੋਂ ਵੜ ਗਈ ਨੇ ਵਿੱਚ, ਉਹ ਤਲਾਸ਼ੀ ਲੈ ਲੱਗੇ ਤੇ ਉਹ ਵਿੱਚ ਵੜੀ ਤੇ ਉਹਨਾਂ ਨੇ ਗੋਲੀ ਵਿਖਾਈ ਤੇ ਉਹਨੇ ਫਿਰ ਕਾੜੀ ਬਾਹਰ ਤੇ ਨਿਕਲਦੀ ਤੇ ਗੋਲੀ ਛੋਕਦੀ, ਉਹ 'ਚ ਪੈਰਵੀ ਦੀ ਨਿਕਲ ਗਈ। ਪੈਰਵੀ ਦੀ ਨਿਕਲ ਗਈ ਫਿਰ ਫਿਰ ਉੱਥੋਂ ਬਾਹਰ ਸਾਨੂੰ ਫਿਰ ਲੈ ਆਏ ਘਰ ਨੂੰ ਤੇ ਚੱਕੋਂ ਬਾਹਰ ਕੱਢ ਕੇ ਸਾਨੂੰ ਫਿਰ ਖੜਾ ਕਰਤਾ। ਫਿਰ ਗੋਲੀ ਚੱਲਦੀ ਰਹੀ, ਅਸੀਂ ਮੀਂਹ ਪਿੱਛੋਂ ਨਹਿਰ ਤੋੜਦੀ, ਉੱਤੋਂ ਮੀਂਹ ਪਈ ਗਿਆ। ਹੈਂ, ਇੱਦਾਂ ਇਹ ਮੌਕੇ ਮੇਰੇ ਵੇਖੇ ਆ। ਦੱਸੋ ਦੱਸੋ, ਜਿਹੜੇ ਇੱਦਾਂ ਦੇ ਮੌਕੇ ਵੇਖੇ ਉਹ ਦੱਸੋ। ਇਹੀ ਮੌਕੇ ਮੇਰੇ ਵੇਖੇ। ਫਿਰ ਉਸ ਤੋਂ ਬਾਅਦ ਫਿਰ ਕਿੱਧਰ ਨੂੰ ਗਏ? ਫਿਰ ਅਸੀਂ ਆ ਗਏ ਇਸ ਦਿਨ ਆਪਣੇ ਐਨੂੰ। ਐਨੂੰ ਤਾਂ ਆਏ ਜਦੋਂ ਨਹਿਰ ਤੋੜਨ ਤੋਂ ਬਾਅਦ, ਕੋਈ ਕੈਂਪ ਕੁੰਪ ਵੀ ਤਾਂ ਲੱਗਿਆ ਹੀ ਹੋਣਾ। ਫਿਰ ਆਣ ਕੇ ਮਖੂਸ ਖੜੋਤੇ ਆਗੇ।
ਮਖੂ ਖਲੋਤੇ ਆ ਕੇ? ਹਾਂ ਮਖੂ। ਮਖੂ ਕਿੰਨੇ ਦਿਨ ਰਹਿ? ਮਖੂ ਇੱਕ ਰਾਤ ਰਹਿ ਖਣੀ। ਤੇ ਇਹ ਮਖੂ ਫਿਰੋਜ਼ਪੁਰ 'ਚ ਹੀ ਆ? ਹਾਂ ਫਿਰੋਜ਼ਪੁਰ 'ਚ ਹੀ ਆ। ਅੱਛਾ, ਉੱਥੋਂ ਆਪਣਾ ਤੁਰੇ ਜਦੋਂ ਆਪਣੇ ਪਿੰਡੋਂ ਤੇ ਮਖੂ ਆ ਗਏ? ਮਖੂ ਆ ਗਏ ਆਪਣੇ ਪਿੰਡੋਂ। ਜਿਹੜਾ ਮਖੂ ਹੈ ਕਿੰਨਾ ਕੁ ਸਫ਼ਰ ਆ? ਇਹ ਵਾਹਵਾ ਹੀ ਸਫ਼ਰ ਸੀਗਾ, ਤੁਰ ਕੇ ਆਇਆ। ਪੰਜ ਸੱਤ ਮੀਲ, ਦਸ ਮੀਲ, ਕਿੰਨਾ ਕੁ ਹੋਊਗਾ? ਨੌ ਦਸ ਮੀਲ। ਹਾਂ ਨੌ ਦਸ ਮੀਲ ਹੋ ਗਿਆ। ਸਾਰਾ ਦਿਨ ਲੱਗ ਗਿਆ ਹੁਣ ਹੋਰ ਤੁਰ ਤੁਰ ਕੇ? ਅਤੇ ਕਦੇ ਸੁਰਾ ਲੈਂਦੇ ਸੀ, ਕਦੀ ਤਲਾਸ਼ੀਆਂ ਲੈਣ ਲੱਗ ਜਾਂਦੀ, ਕਦੀ ਭਜਾਉਣ ਲੱਗ ਜਾਂਦੇ ਸੀ। ਉਹ ਮਗਰ ਲੱਗੇ ਹੀ ਸੀਗੇ। ਅਤੇ ਫਿਰ ਉਸ ਤੋਂ ਬਾਅਦ ਮਖੂ ਆ, ਫਿਰ ਇੱਥੇ ਆਣ ਕੇ ਮਖੂ ਆਣ ਕੇ ਜਦੋਂ ਸਾਨੂੰ ਪਿਆਵਨ ਹੋਇਆ, ਉੱਥੇ ਫਿਰ ਸਾਨੂੰ ਇਹਨਾਂ ਨੇ ਛਟਾਂਗ ਛਟਾਂਗ ਛੋਲੇ ਦਿੱਤੇ। ਅੱਛਾ, ਹਾਂ। ਅਤੇ ਛਟਾਂਗ ਨਾਲ ਬਾਬਾ ਤੇਰਾ ਕੀ ਬਣਿਆ ਹੁਣ? ਉਦੋਂ ਮੈਂ ਵੀ ਭੋਲਾ ਕੀ ਜਾਣਾ, ਮੈਂ ਛੋਟਾ ਹੀ, ਮੈਂ ਕਿਹੜੇ ਵੱਡਾ ਹੈ। ਅੱਛਾ, ਤੇ ਛਟਾਂਗ ਹੀ ਦਿੰਦੇ ਸੀ ਸਾਰੇ ਜੀ ਨੂੰ। ਅੱਛਾ, ਡੀ ਹਰ ਇੱਕ ਜੀ ਨੂੰ ਨਾ ਛਟਾਂਗ ਹੀ ਛੋਲੇ ਦਿੰਦੇ ਸੀ। ਬਾਬਾ ਤੇਰਾ ਤਾਂ ਅੱਧੇ ਛਟਾਂਗ ਨਾਲ ਫਿਰ ਕੰਮ ਚੱਲ ਜਾਂਦਾ ਹੁਣ। ਬਾਕੀ ਫਿਰ ਜਿਹੜੀ ਅੱਧੀ ਛਟਾਂਗ ਵੱਜਦੀ ਸੀ ਉਹ ਮੇਰੀ ਭੈਣ ਛੋਟੀ ਜੀ। ਅੱਛਾ ਅੱਛਾ ਅੱਛਾ, ਚਲੋ ਮਾਸ਼ਾਅੱਲਾ ਸਹੀ। ਤੇ ਉਹ ਹੁਣ ਤੁਹਾਡੀ ਭੈਣ ਕਿੱਥੇ ਹੈ ਵੇ? ਗੱਲਾਂ ਨੂੰ ਪਿਆਰੇ ਹੋ ਗਏ? ਉਦੋਂ ਇੱਥੇ ਪੱਤੋ ਕੀ ਆਣ ਕੇ ਬਹੁਤ ਹੋ ਗਈ ਸੀ। ਉਦੋਂ ਹੀ ਅੱਛਾ ਅੱਛਾ। ਉਦੋਂ ਇੱਧਰ ਇੱਧਰਲੇ ਜਿਹੜੇ ਭੱਜੇ ਸੀ ਨਾ, ਉਹ ਜਾਂਦੇ ਇੱਧਰ ਵੀ ਉਹ ਪਾਈ ਗਏ ਖੂਹੀਆਂ ਖਾਈਆਂ 'ਚ ਜਿੱਥੇ ਪਾਣੀ 'ਚ ਸੀਗਾ, ਅਤੇ ਉਹ ਵੀ ਪਾਣੀ ਪੀਣ ਅਤੇ ਇੱਧਰਲੇ ਜਦੋਂ ਆਉਣ ਉਦੋਂ ਹੀ ਮਰ ਜਾਣ। ਸਿੱਖਾਂ ਨੇ ਲਈਆਂ ਸੀ। ਮੈਂ ਕਿਹਾ ਪਤਾ ਨੀ ਕਦੇ ਉਰਲੇ ਪਾਸੇ ਵਾਲੇ ਲੈਣ ਲੱਗ ਗਏ। ਨਹੀਂ ਨਹੀਂ, ਉਹੀ ਤਲਾਸ਼ੀਆਂ ਲੈ ਕੇ ਫਿਰ ਗਾਂ ਲੰਘਣ ਦਿੰਦੇ। ਅੱਛਾ, ਉਹ ਤਲਾਸ਼ੀ ਲੈ ਕੇ ਫਿਰ ਗਾਂ ਲੰਘਣ ਦਿੰਦੇ ਸੀ। ਤੇ ਜਦੋਂ ਤਲਾਸ਼ੀ ਪਿੱਛੇ ਹੀ ਹੋ ਗਈ ਸੀ ਤੇ ਇੱਥੋਂ ਤਾਂ ਲੋਕਾਂ ਕੋਲੋਂ ਨਿਕਲਿਆ ਹੀ ਕੁਛ ਨਹੀਂ ਹੁਣ? ਨਹੀਂ, ਇੱਥੇ ਕੀ ਨਿਕਲਿਆ, ਜਿਹਦੇ ਕੋਲ ਕੁਹਾੜੀ ਸੀ ਉਹ ਕੁਹਾੜੀ ਉਹਨਾਂ ਨੇ ਖੋਲੀ, ਜਿਹਦੇ ਕੋਲ ਸੋਟੀ ਸੀ ਸੋਟੀ ਖੋਲੀ, ਜਿਹਦੇ ਕੋਲ ਡੱਕਾ ਸੀ ਉਹਨੇ ਡੱਕਾ ਫੜ ਲਿਆ, ਇਹੀ ਗੱਲ ਹੋਈ। ਹੋਰ ਗਈ ਜਦੋਂ ਤੁਸੀਂ ਉਧਰੋਂ ਐ ਨੂੰ ਆਏ ਆ ਤੇ ਇਧਰੋਂ ਕੋਈ ਜਾਂਦੇ ਲੋਕ ਵੀ ਤੁਹਾਨੂੰ ਨਜ਼ਰ ਆਏ ਵੀ ਜਿਹੜੇ ਜਿਵੇਂ ਦੁਨੀਆ ਉਧਰੋਂ ਇੱਧਰ ਨੂੰ ਤੁਰੀ ਆਉਂਦੀ ਸੀ? ਕੋਈ ਨਜ਼ਰ ਨਹੀਂ ਆਇਆ। ਇਧਰੋਂ ਵੀ ਕਾਫਲੇ ਉਧਰੋਂ ਜਾਂਦੇ ਦਿਸੇ ਕੋਈ ਕਿ ਨਹੀਂ? ਨਹੀਂ, ਕੋਈ ਨਾ ਸੀ, ਨਜ਼ਰ ਨਹੀਂ ਆਈ ਕੋਈ। ਤੁਸੀਂ ਇਕੱਲੇ ਸੀ ਰਾਹ 'ਚ, ਕੋਈ ਟੱਕਰਿਆ ਟੁੱਕਰਿਆ ਵੀ ਨਾ? ਉਦੋਂ ਅਸੀਂ ਉਰਲੇ ਬਾਹਰ ਆ ਗਏ, ਉਹ ਪਰਲੇ ਬਾਹਰ 'ਚ। ਆਪਾਂ ਫਿਰ ਚੱਲਦੇ ਜਰਾ ਮਖੂ। ਮਖੂ ਤੋਂ ਜਦੋਂ ਤੁਸੀਂ ਆਏ ਇੱਧਰ ਨੂੰ ਆਪਣਾ ਕਸੂਰ ਵੱਲ ਨੂੰ, ਰਾਹ ਦੇ ਵਿੱਚ ਕੋਈ ਵੱਢ ਵਡਾਂਗਾ ਹੋਇਆ ਪਿਆ ਦੇਖਿਆ? ਨਹੀਂ, ਮੈਂ ਨਹੀਂ ਵੇਖਿਆ। ਸਾਨੂੰ ਉੱਥੇ ਗੱਡੀ ਤੋਂ ਬਾਹਰ ਲਿਆ, ਕੋਈ ਦੁਨੀਆ ਮਰੀ ਹੋ ਪਈ? ਨਹੀਂ, ਅਸੀਂ ਫਿਰ ਕੁੱਖ ਨਹੀਂ ਵੇਖਿਆ। ਅਸੀਂ ਮਖੂ ਤੋਂ ਗੱਡੀ ਤੇ ਬਹਿ ਗਏ ਸੀ, ਟ੍ਰੇਨ ਤੇ, ਰੇਲ ਗੱਡੀ ਤੇ, ਰੇਲ ਗੱਡੀ ਤੇ। ਤੇ ਅਸੀਂ ਫਿਰ ਇੱਥੇ ਜਾਣ ਕੇ ਖੜੋਤੇ ਆ ਆਪਣਾ ਪੱਤੋ ਕੀ, ਨਾਲੇ ਕਹਿੰਦੇ ਬਾਰਡਰ ਤੇ ਤਲਾਸ਼ੀ ਹੋਈ, ਉਹ ਗੱਡੀ ਦੇ ਵਿੱਚ ਹੀ ਤਲਾਸ਼ੀ ਲੈ ਲਈ ਸੀ ਉਹਨਾਂ ਨੇ? ਉਹ ਪਿੱਛੇ ਹੀ ਤੁਰਿਆ ਆਉਂਦਿਆਂ ਕੋਈ ਲੈ ਲਈ ਸੀ ਨਾ। ਹਾਂਜੀ ਹਾਂਜੀ, ਹਾਂ। ਤੇ ਫਿਰ ਉਹਨਾਂ ਨੇ ਤੁਹਾਨੂੰ ਪੱਤੋ ਕੀ ਆ ਕੇ ਲਾਤਾ? ਪੱਤੋ ਕੀ ਆਣ ਕੇ ਲੈ ਗਏ ਸੀ ਅਸੀਂ ਫਿਰ ਉੱਥੇ, ਸਾਨੂੰ ਕਿੱਲਾ ਜੀ ਮਿਲ ਗਈ, ਕਿੱਲਾ ਫੀ ਜੀ ਨੂੰ ਪੱਤੋ ਕੀ ਜ਼ਮੀਨ ਮਿਲ ਗਈ। ਫਿਰ ਅੱਗੇ ਦੱਸੋ। ਅੱਗੇ ਉੱਥੋਂ ਫਿਰ ਅਸੀਂ ਉੱਥੇ ਖੋਈ ਜੀ। ਅੱਛਾ ਬਜ਼ੁਰਗ, ਇਹ ਦੱਸੋ ਵੀ ਜਦੋਂ ਪੱਤੋ ਕੀ ਆ ਗਏ ਫਿਰ ਉੱਥੇ ਕੀ ਬਣਿਆ, ਉਹ ਜ਼ਰਾ ਦੁਬਾਰਾ ਦੱਸੋ। ਉਹ ਇਹ ਬਣਿਆ ਵੀ ਉੱਥੇ ਇੱਧਰ ਜੇ ਭੱਜੇ ਗਏ ਨਾ, ਤੇ ਉਹਨਾਂ ਨੇ ਉੱਥੇ ਖੂਹੀਆਂ ਦੇ ਵਿੱਚ ਪਾਣੀਆਂ ਵਿੱਚ ਪਾਉਂਦੇ ਰਹੇ ਜ਼ਹਿਰ, ਠੀਕ ਹੋ ਗਿਆ, ਤੇ ਉੱਥੇ ਦੁਨੀਆ ਮਰ ਗਈ। ਬਾਬਾ ਜਿਹੜਾ ਪਾਣੀ ਪੀ ਲੈਂਦਾ ਸੀ ਉਹ ਮਰ ਜਾਂਦਾ ਸੀ ਜੀ, ਠੀਕ ਹੋ। ਤੇ ਮੁੜ ਕੇ ਜਦੋਂ ਫਿਰ ਅਮਨਖ ਹੋ ਗਿਆ, ਤੇ ਫਿਰ ਜਦੋਂ ਜੀ ਉੱਥੇ ਪਟਵਾਰੀ ਇੱਕ ਆ ਗਿਆ, ਉਹ ਜਿਹਨਾਂ ਨੂੰ ਉੱਥੇ ਪੈਰੀ ਮਿਲਦੀ ਸੀ ਉਹਨਾਂ ਨੂੰ ਪੋਈ ਪੈਰੀ ਪਾਉਣ ਲੱਗ ਗਿਆ। ਕਿੱਲਾ ਜੀ ਸਾਨੂੰ ਉੱਥੇ ਪੈਰੀ ਪੈ ਗਈ। ਅਸੀਂ ਕਿੰਨੇ ਜੀ? ਚਾਰ ਜੀ ਸੀ। ਚਾਰ ਕਿੱਲੇ ਪੈ ਗਏ? ਚਾਰ ਕਿੱਲੇ ਪੈ ਗਏ। ਪੈਲੀ ਚੰਗੀ ਸੀ ਉੱਥੋਂ ਦੀ? ਪਤਾ ਬਹੁਤ ਚੰਗੀ ਪੈਲੀ ਸੀ ਉਸ ਵਕਤ। ਮੈਂ ਤਾਂ ਵੇਖਿਆ ਵੀ ਫਸਲ ਬਹੁਤ ਤਗੜਾ ਸੀ, ਮਿਰਚਾਂ ਸੀਗੀਆਂ, ਕਿੱਲਾ ਸਾਨੂੰ ਮਿਲਿਆ, ਇੱਕ ਕਿੱਲਾ ਸਾਨੂੰ ਕਮਾਦ ਮਿਲਿਆ ਸੀ, ਇੱਕ ਕਿੱਲਾ ਮਕਈ ਮਿਲੀ ਸੀ, ਇੱਕ ਮਕਈ ਬਾਜਰਾ ਮਿਲਿਆ ਸੀ। ਬਾਬਾ ਫਸਲ ਤਾਂ ਫਿਰ ਪੂਰੀ ਮਿਲ ਗਈ? ਪੂਰੀ ਮਿਲ ਗਈ। ਤਾਂ ਚੰਗੀ ਫਸਲ ਸੀ? ਚੰਗੀ ਫਸਲ ਸੀ। ਜਦੋਂ ਕੰਮ ਚੱਲ ਪਿਆ ਹੋਣਾ ਇੰਨੇ ਕੰਮ, ਜਦੋਂ ਅਸੀਂ ਉੱਥੇ ਰਹੇ ਨਾ 12-14 ਦਿਨ, ਤੇ ਫਿਰ ਮੇਰਾ ਮਾਮਾ ਚਲਾ ਗਿਆ ਮਗਰੋਂ ਭਾਲਦੇ ਭਾਲਦੇ, ਉੱਥੇ ਪਤੋ ਕੀ ਪਹੁੰਚ ਗਿਆ। ਪਹੁੰਚੋ ਕੀ ਪਹੁੰਚ ਗਿਆ? ਉਹ ਕਿੱਥੋਂ, ਉਹ ਕਿੱਥੇ ਆ ਕੇ ਬੈਠਾ ਸੀ? ਉਹ ਇੱਥੇ ਹੀ, ਇੱਥੇ 6-6 6-6 ਠੀਕ ਹੋ ਗਿਆ। ਅੱਛਾ, ਉੱਥੋਂ ਉਹ ਫਿਰ ਸਾਨੂੰ ਲਾਇਆ ਇੱਥੇ, ਇੱਥੇ ਲਿਆਣ ਕੇ ਫਿਰ ਅਸੀਂ ਤਿੰਨ ਹਾਤੇ ਬਦਲੇ ਅਤੇ ਚੌਥੇ 'ਚ ਅਸੀਂ ਬੈਠੇ ਹਾਂ। ਬਜ਼ੁਰਗ ਇਹ ਦੱਸੋ ਵੀ ਉਹ ਪੱਤੋ ਕੀ ਵਾਲੀ ਥਾਂ ਚੰਗੀ ਸੀ ਕਿ ਇਹ ਚੰਗੀ ਹੈ?
ਨਹੀਂ ਆ ਹੁਣ ਜਿੱਥੇ ਵੀ ਦੁਨੀਆ ਬੈਠੀ ਉੱਥੇ ਸਹੀ ਨਹੀਂ ਉਦੋਂ ਦੇ ਹਿਸਾਬ ਨਾਲ ਉਦੋਂ ਦੇ ਹਿਸਾਬ ਨਾਲ ਵੀ ਅਸੀਂ ਇੱਥੇ ਸਾਨੂੰ ਜੂੰਡਾਂ 'ਚ ਜ਼ਮੀਨ ਜ਼ਿਆਦਾ ਮਿਲੀ ਆ ਇੱਥੇ ਜ਼ਮੀਨ ਆ ਜੂੰ ਪਤੋ ਕੀ ਹੁੰਦੇ ਤੇ ਜੂੰਡਾਂ 'ਚ ਜ਼ਮੀਨ ਘੱਟ ਘੱਟ ਮਿਲਣੀ ਕਿਉਂਕਿ ਉਹ ਮੈਂ ਚੰਗੀ ਜ਼ਮੀਨ ਚੰਗੀ ਜ਼ਮੀਨ ਸੀ ਜਿੱਥੇ ਉਹਦੇ ਜੂੰਡ ਬਹੁਤੇ ਜੂੰਡਾਂ 'ਚ ਇੱਕ ਕਿੱਲਾ ਪੈ ਹਾਂਜੀ ਹਾਂਜੀ ਇੱਦਾਂ ਇੱਥੇ ਥੋੜੇ ਜੂੰਡਾਂ 'ਚ ਕਿੱਲਾ ਪੈ ਜਾਂਦਾ ਇੱਦਾਂ ਹੀ ਇੱਦਾਂ ਹੀ ਫਿਰ ਇੱਥੇ ਕੀ ਹੋਇਆ ਆ ਕੇ ਜੀ ਇੱਥੇ ਫਿਰ ਆਣ ਕੇ ਫਿਰ ਸਾਨੂੰ ਕਿੱਲਾ ਜੀ ਮੈਂ ਇੱਕ ਵਾਰੀ ਇੱਥੇ ਦੁਬਾਰਾ ਫਿਰ ਕਿੱਲਾ ਜੀ ਪੈ ਗਈ ਆ ਗਈ ਫਿਰ ਮੈਂ ਹਾਂਜੀ ਕਿੱਲਾ ਜੀ ਮਿਲ ਕੇ ਤੇ ਫਿਰ ਸਾਨੂੰ ਪੱਕੀ ਮਿਲਣ ਲੱਗ ਗਈ ਪਿਛਲੀ ਪੈਲੀ ਆ ਗਈ ਉਹ ਫਿਰ ਅਸੀਂ ਇੱਧਰ ਉਹ ਕਿੱਲਾ ਜੀ ਮਿਲੀ ਤੇ ਉਸ ਤੋਂ ਕਿੰਨੀ ਦੇਰ ਬਾਅਦ ਫਿਰ ਜਿਹੜੀ ਉਹ ਪੱਕੀ ਪੈਲੀ ਮਿਲਣੀ ਸ਼ੁਰੂ ਹੋਈ 2 ਸਾਲ ਬਾਅਦ 3 ਸਾਲ ਬਾਅਦ ਕਿੰਨੀ ਕੁ ਦੇਰ ਬਾਅਦ ਜਾ ਕੇ 6 ਮਹੀਨਿਆਂ ਬਾਅਦ ਨਾ ਉਹ ਖੁੱਲ ਗਿਆ ਸੀ ਉਹ 6 ਮਹੀਨੇ ਜਦੋਂ ਆਏ ਉਹਨੂੰ 6 ਕੁ ਮਹੀਨੇ ਹੋ ਗਏ ਹਾਂ 6 ਕੁ ਮਹੀਨੇ ਹੋ ਗਏ ਹਾਂਜੀ ਹਾਂਜੀ ਤੇ 6 ਕੁ ਮਹੀਨੇ 'ਚ ਤਾਂ ਮੰਗ ਮੁੰਗ ਕੇ ਖਾਂਦੇ ਰਹੇ ਬੁਰਾ ਬੁਰਾ ਤੇ ਜਿਵੇਂ ਕੰਮ ਕੁੰਮ ਤਾਂ ਆਉਂਦਾ ਇਹੋ ਜਿਹਾ ਹੀ ਸੀਗਾ ਤੁਸੀਂ ਤਾਂ ਨਾਲੇ ਉੱਦਾਂ ਹੀ ਨਿਆਣੇ ਸੀ ਮੈਂ ਅਸੀਂ ਉਹਦੇ ਨਿਆਣੇ ਸੀ ਮੇਰਾ ਪਿਓ ਆ ਕਰਦਾ ਸੀ ਵੇਲਣੇ ਦੀ ਝੋਕੀ ਝੋਕੀ ਕਰਕੇ ਆਉਂਦਾ ਸੀ ਉੱਥੋਂ ਰੋਟੀ ਲੈ ਆਉਣੀ ਅਸੀਂ 2-3 ਜੀਅ ਸੀਗੇ ਅਤੇ ਚੌਥਾ ਜੀ ਮੇਰਾ ਤਾਇਆ ਸੀਗਾ ਉਹ ਕਦੀ ਕਿਤੇ ਹੋ ਜਾਂਦਾ ਸੀ ਕਦੀ ਕਿਤੇ ਹੋ ਜਾਂਦਾ ਸੀ ਉਹ ਵੀ ਤੁਹਾਡੇ ਨਾਲ ਹੀ ਸੀ ਹਾਂ ਠੀਕ ਹੋ ਗਿਆ ਅਤੇ ਫਿਰ ਜਨਾਬ ਜੀ ਇੱਥੇ ਆ ਸਾਨੂੰ ਜੋ ਪੱਕੀ ਪੈਲੀ ਮਿਲੀ ਆ ਫਿਰ 4 ਮਰਬੇ ਪੈਲੀ ਮਿਲ ਗਈ ਇਸਤੇਮਾਲ ਹੋਈ ਤਾਂ 2 ਮਰਬੇ ਇਕੱਠੀ ਹੋ ਗਈ ਅੱਛਾ ਅੱਛਾ ਪਹਿਲਾਂ ਲਹਿਦਾ ਮਿਲੀ ਕਿੱਲਾ ਉੱਥੇ ਵਿਗਾ ਉੱਥੇ 2 ਕਿੱਲੇ ਉੱਤੇ ਇੱਦਾਂ ਹੀ ਇੱਦਾਂ ਫਿਰ ਜਦੋਂ ਇਸਤੇਮਾਲ ਹੋਈ ਹੈ ਤਾਂ ਫਿਰ ਇਕੱਠੀ ਕਰ ਇਕੱਠੀ ਹੋ ਗਈ ਬਿਲਕੁਲ ਇਹ ਵੀ ਚੰਗਾ ਤੇ ਹਿੰਦੁਸਤਾਨ 'ਚ ਵੀ ਆਪਣੀ ਜ਼ਮੀਨ ਇਕੱਠੀ ਸੀ ਕਿ ਉੱਥੇ ਵੀ ਲਹਿਦਾ ਲਹਿਦਾ ਸੀ ਉੱਥੇ ਸਾਡੀ ਇਹ ਸੀ ਵੀ ਖੂਹ 'ਤੇ ਸਾਡੀ ਜ਼ਮੀਨ ਥੋੜ੍ਹੀ ਸੀਗੀ ਅਤੇ ਜਿਹੜੀ ਢਾਏ ਦੀ ਸੀ ਨਾ ਉਹ ਜ਼ਿਆਦਾ ਸੀ ਢਾਏ ਦੀ ਕੀ ਵੀ ਜਿਹੜੀ ਬਾਰਿਸ਼ ਸੀ ਹਾਂ ਅੱਛਾ ਬਾਰਿਸ਼ ਉੱਥੇ ਉਹਨੂੰ ਢਾਇਆ ਹੀ ਬੋਲਦੇ ਸੀ ਅੱਛਾ ਢਾਇਆ ਬੋਲਦੇ ਹਾਂ ਤੇ ਖੂਹ ਤੇ ਜਿਹੜੀ ਸੀਗੀ ਖੂਹ ਤੇ ਜਿਹੜੀ ਸੀ ਨਾ ਉਹ ਇੰਨੀ ਸੀ ਵੀ ਆਪਦੇ ਖਾਣ ਪੀਣ ਜੋਗੀ ਮਾੜੀ ਮੋਟੀ ਹੋ ਜਾਂਦੀ ਬਿਲਕੁਲ ਠੀਕ ਹੋ ਗਿਆ ਇਹ ਖੂਹ ਕਿਹੜਾ ਸੀਗਾ ਟਿੰਡਾ ਵਾਲਾ ਖੂਹ ਸੀ ਜਿਹੜੇ ਦੂਜੇ ਟਿੰਡਾ ਇੱਕ ਦੂਜੇ ਖੂਹ ਵੀ ਹੁੰਦੇ ਸੀ ਨਾ ਜਿਹਦੇ ਵਿੱਚ ਉਹ ਬੋਕੇ ਸਿੱਟ ਕੇ ਖਿੱਚਦੇ ਸੀ ਨਹੀਂ ਨਹੀਂ ਟਿੰਡਾ ਵਾਲੇ ਸੀ ਠੀਕ ਬਲਟ ਜੋੜਦੇ ਸੀਗੇ ਹਾਂ ਟੱਕੇ ਚੁੱਪਦੇ ਸੀ ਜਿਹੜੇ ਟਿੰਡਾ ਵਾਲੇ ਖੂਹ ਆ ਹੁਣ ਤੱਕ ਚੱਲਦੇ ਰਹੇ ਆਪਣੇ ਇੱਥੇ ਇੱਧਰ ਆ ਕੇ ਵੀ ਚੱਲਦੇ ਰਹੇ ਆ ਇੱਥੇ ਪਹਿਲਾਂ ਕੁੱਜਿਆਂ ਵਾਲੇ ਚੱਲਦੇ ਰਹੇ ਆ ਟਿੰਡਾਂ ਦੀ ਜਗ੍ਹਾ ਤੇ ਕੁੱਜੇ ਲੱਗੇ ਹੁੰਦੇ ਆਹੋ ਤੇ ਫਿਰ ਕੁੱਜਿਆਂ ਤੋਂ ਟਿੰਡਾਂ ਬਣ ਗਈਆਂ ਲੋਹੇ ਦੀਆਂ ਬਿਲਕੁਲ ਇਸ ਇਦਾਂ ਹੀ ਤੇ ਜਦੋਂ ਇਸ ਪਿੰਡ 'ਚ ਆ ਕੇ ਆਏ ਆ ਸ਼ੁਰੂ ਦੇ ਵਿੱਚ ਹਾਂ ਇੱਥੇ ਕੋਈ ਲੋਕਲ ਲੋਕ ਵੀ ਬੈਠੇ ਸੀ ਇੱਕ ਸੀ ਲਾਲ ਤਰਖਾਣ ਬਸ ਹੋਰ ਕੋਈ ਨਹੀਂ ਸੀ ਹੋਰ ਕੋਈ ਉਹ ਮੁਸਲਮਾਨ ਸੀ ਹਾਂ ਫਿਰ ਉਹ ਇੱਕ ਨਵੀਂ ਬਖਸ਼ ਬੈਠਾ ਸੀ ਬਾਹਰ ਮਰਬੇ ਉਹ ਆਪਦੀ ਭੈਣ ਜੀ ਬੈਠਾ ਸੀ ਉਹਨੇ ਬਹੁਤ ਜਿੱਥੋਂ ਤੱਕ ਉਹਦੇ ਕੋਲ ਵਗੀ ਵਗ ਨੂੰ ਵਧਦਾ ਰਿਹਾ ਮੁੜ ਕੇ ਜਿਹੜੀ ਸੀ ਬਸ ਫਿਰ ਲੋਕਾਂ ਨੂੰ ਪੈ ਗਈ ਪੈਂਦੀ ਰਹੀ ਪੈ ਗਈ ਫਿਰ ਉਹਦੇ ਕੋਲੋਂ ਘੱਟਦੀ ਰਹੀ ਤੇ ਹੁਣ ਉਹਦੇ ਕੋਲ ਕੋਈ ਹੈ ਕਿ ਨਹੀਂ ਉਹਨਾਂ ਕੋਲ ਹੈਗੀ ਸੀ 8 ਕਿੱਲੇ ਪੈਲੀ ਉਹਨਾਂ ਦੀ ਆਪਦੀ ਜਿਹੜੀ ਜਾਤੀ ਹਾਂ 8 ਕਿੱਲੇ ਪੈਲੀ ਸੀ ਉਹਨਾਂ ਦੀ ਤੇ 4 ਪੁੱਤ ਸੀ ਉਹਦੇ 4 ਪੁੱਤ ਹਾਂ ਅੱਛਾ ਬਾਬਾ ਜੀ ਇਹ ਦੱਸੋ ਹਾਂਜੀ ਵੀ ਜਦੋਂ ਤੁਸੀਂ ਇਸ ਪਿੰਡ 'ਚ ਆ ਗਏ ਇੱਥੇ 4 'ਚ ਫਿਰ ਕੋਈ ਲੋਕਾਂ ਦੇ ਪਿੰਡ ਵੀ ਹੈ ਸੀ ਜਿਹੜੇ ਮੁਕਾਮੀ ਲੋਕ ਸੀ ਇੱਥੋਂ ਦੇ ਹੈਗੇ ਸੀ ਕਿੱਥੇ 10 ਚੱਕ 9 ਚੱਕ ਇਹ ਮੇਤਲਿਆਂ ਦਾ ਸੀ 49 ਚੱਕ 'ਚ ਵੀ ਮੇਤਲਾ ਸੀ ਇੱਧਰ 7 ਚੱਕ 'ਚ ਵੀ ਇਹ ਮੇਤਲੇ ਜਿਹੜੀ ਹੈ ਇਹ ਜੱਟਾਂ ਦੀ ਗੋਤ ਆ ਮੇਰਾ ਖਿਆਲ ਇਹ ਜੱਟ ਹੀ ਆ ਜੱਟ ਹੁੰਦੇ ਮੇਤਲੇ ਇਹ ਇੱਥੋਂ ਦੇ ਮੇਰਾ ਖਿਆਲ ਜੱਟ ਸੀਗੇ ਤੇ ਉਹ ਫਿਰ ਕਿਤੇ ਪਿਛਲੇ ਦੌਰ ਦੇ ਵਿੱਚ ਇਸਲਾਮ ਕਬੂਲ ਕਰ ਗਏ ਹੁਣੇ ਤੇ ਫਿਰ ਜੱਟ ਸੀਗੇ ਤੇ ਇੱਥੇ ਹੀ ਰਹਿ ਗਏ ਹਾਂਜੀ ਤੇ ਇਹਨਾਂ ਨੇ ਕੋਈ ਤੁਹਾਡੇ ਨਾਲ ਤਾਵਨ ਕੀਤਾ ਕਿ ਨਹੀਂ ਕੀਤਾ ਥੋੜ੍ਹਾ ਕੀਤਾ ਸੀਗਾ ਕੀ ਕੋਈ ਤੁਹਾਡਾ ਖਿਆਲ ਖਿਊਲ ਰੱਖਦੇ ਸੀ ਕਿ ਨਹੀਂ ਹਾਂ ਇਹਨਾਂ ਕਰਦੇ ਵੀ ਜਦੋਂ ਉਹਨਾਂ ਕੋਲ ਜਾਵੜਦੇ ਨਾ ਉਹ ਕੋਈ ਨਾ ਕੋਈ ਚੀਜ਼ ਆਟਾ ਪਾਣੀ ਦੇ ਦਿੰਦੇ ਥੋੜ੍ਹਾ ਬਹੁਤ ਤੇ ਫਿਰ ਉਸ ਤੋਂ ਅੱਗੇ ਫਿਰ ਅਸੀਂ ਇੱਥੇ ਰਹਿਣ ਲੱਗ ਗਏ ਇੱਥੇ ਸਾਨੂੰ ਜ਼ਮੀਨ ਪੈ ਗਈ ਇੱਥੇ ਅਸੀਂ ਆਪਦਾ ਕਾਰੋਬਾਰ ਇੱਥੇ ਆ ਕੇ ਪੱਕੇ ਹੋ ਗਏ ਹਾਂਜੀ ਤੇ ਫਿਰ ਹੁਣ ਦੁਬਾਰਾ ਦਿਲ ਕਰਦਾ ਕਦੇ ਪਿੱਛੇ ਜਾਣ ਨੂੰ ਕਿ ਨਹੀਂ ਹੁਣ ਉਧਰ ਕਿੰਨੇ ਜਾਣ ਨੂੰ ਅਗਲੇ ਰਾਹ 'ਚ ਜਾਣ ਉਹ ਨਹੀਂ ਤੇ ਬੰਦਾ ਜਾ ਕੇ ਕਦੇ ਪਿੰਡ ਪੁੰਡ ਦੇਖ ਆਉਂਦਾ ਨਹੀਂ ਇੱਦਾਂ ਪਰਮਿਟ ਤੋਂ ਬਗੈਰ ਕੁਛ ਚਲੋ ਜੇ ਪਰਮਿਟ ਹੋਵੇ ਫਿਰ ਦਿਲ ਕਰਦਾ ਕਿ ਨਹੀਂ ਫਿਰ ਪਛਾਣ ਹੁਣ ਭੁੱਲ ਜਾਣੀ ਆ ਪਿੰਡ ਜਾਈਏ ਤੇ ਪਛਾਣ ਭੁੱਲ ਜੂਗੀ ਕਦੀ ਖਾਬ 'ਚ ਗਏ ਆ ਬਾਹਰਲੇ ਘਰ 'ਚ ਮਸੀਤ ਵਾਲੀ ਤੇ ਜਿਹੜਾ ਸਾਡਾ ਪਿਛਲਾ ਘਰ ਆ ਤੇ ਐ ਦੱਖਣਾ ਪਾਸੇ ਸਿੜੀ ਸੀਗਾ ਸਿੜੀ ਦੇ ਹੇਠਾਂ
ਮੇਰੇ ਤਾਏ ਹੋਣਾ ਬੋਤੀ ਖੜੀ ਹੁੰਦੀ ਸੀ। ਉਸ ਤੋਂ ਬਾਅਦ ਫਿਰ ਪਿਛਲੇ ਪਾਸੇ ਸਾਡੇ ਲੁਹਾਰ ਸੀ ਤਰਖਾਣ, ਅਤੇ ਅਗਲੇ ਪਾਸੇ ਸੀ ਕੋਈ ਜੁਰਾ ਸੀ, ਕੋਈ ਮੋਚੀ, ਕੋਈ ਤੇਲੀ ਸੀ। ਉਹ ਆਪਣਾ ਉੱਥੇ ਤੁਸੀਂ ਮਸੀਤਾਂ ਦੀ ਅੱਗੇ ਗੱਲ ਕੀਤੀ, ਪਿੰਡ 'ਚ ਐਡਾ ਵੱਡਾ ਪਿੰਡ ਸੀ, ਮਸੀਤਾਂ ਕਿੰਨੀਆਂ ਸੀ? ਮਸੀਤਾਂ ਤਿੰਨ, ਅਤੇ ਗੁਰਦੁਆਰੇ? ਗੁਰਦੁਆਰੇ ਦੋ ਤਿੰਨ ਸੀਗੇ, ਗੁਰਦੁਆਰੇ ਵੀ ਤਿੰਨ ਸੀ, ਮਸੀਤਾਂ ਵੀ ਤਿੰਨ ਸੀ। ਉਹ ਸਿੱਖਾਂ ਵਾਲੇ ਪਾਸੇ ਸੀ ਗੁਰਦੁਆਰੇ, ਸਿੱਖਾਂ ਵਾਲੇ ਪਾਸੇ ਗੁਰਦੁਆਰੇ ਸੀ, ਅਤੇ ਤੁਹਾਡੇ ਵਾਲੇ ਪਾਸੇ ਜਿਹੜਾ ਉਹ ਆਪਣਾ ਮਸੀਤਾਂ ਮਸੀਤਾਂ ਸੀਗੀਆਂ। ਅਤੇ ਜਦੋਂ ਇਸ ਪਿੰਡ 'ਚ ਆਏ, ਇੱਥੇ ਵੀ ਕੋਈ ਗੁਰਦੁਆਰਾ ਹੈ ਸੀ? ਕਾਲੀ ਪਿਆ ਹੋਵੇ ਜਦੋਂ ਤੁਸੀਂ ਆਏ? ਨਹੀਂ, ਗੁਰਦੁਆਰਾ ਨਹੀਂ ਸੀ। ਉਹ ਹੈਗਾ ਸੀ ਚੁਬਾਰਾ, ਚੁਬਾਰਾ ਘਰ, ਉਹ ਹਜੇ ਵੀ ਹੈਗਾ। ਅੱਛਾ, ਉਹ ਹਜੇ ਵੀ ਹੈਗਾ। ਹਾਂਜੀ, ਪਰ ਉਹ ਇੱਕ ਹੀ ਮਕਾਨ ਸੀ ਇਸ ਪੂਰੇ ਪਿੰਡ ਦੇ ਵਿੱਚ? ਉਹ ਇੱਕੋ ਹੀ ਸੀਗਾ, ਇੱਕੋ ਹੀ ਘਰ ਸੀਗਾ, ਇੱਕੋ ਹੀ ਘਰ ਸੀਗਾ। ਬਾਕੀ ਕੋਈ ਛੋਟੇ ਮੋਟੇ ਘਰ? ਬਾਕੀ ਸਭ ਇਹ ਛੰਨਾ ਮੰਨਾ ਸੀਗੀਆਂ, ਕੱਚੇ ਮਕਾਨ, ਕੱਚੇ ਮਕਾਨ, ਕੋਈ ਗਿਰੇ ਮਕਾਨ, ਕੋਈ ਵਿਹਲੇ, ਸਾਫ ਆਈ। ਇੱਥੇ ਆ ਕੇ ਤੁਸੀਂ ਦੇਖਣ, ਇੱਥੇ ਵੀ ਘਰਾਂ ਦੇ ਵਿੱਚ ਅੱਗਾਂ ਉੱਗਾਂ ਲੱਗੀਆਂ ਹੋਈਆਂ ਸੀ? ਨਹੀਂ, ਅਸੀਂ ਨਹੀਂ ਵੇਖੀਆਂ ਅੱਗਾਂ। ਨਹੀਂ ਵੀ ਜਿਵੇਂ ਬੰਦਾ ਆ ਕੇ ਦੇਖਦਾ ਸੜੇ ਪਏ ਹੋਣ, ਪਤਾ ਲੱਗ ਜਾਂਦਾ? ਨਹੀਂ 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 ਨਹੀਂ, ਕੋਈ ਸਾਫ ਸੁਥਰੀ, ਸਾਫ ਸੁਥਰੀ। ਤੇ ਇੰਨਾ ਸੀ ਵੀ ਕੋਈ ਹੰਗੇਰ ਮੰਗੇਰ ਤਾਂ ਹੈ ਸੀ, ਜੋ ਭੱਜੇ ਭੁੱਜੇ ਆ। ਕਦੇ ਕੋਈ ਪੁਰਾਣਾ ਬੰਦਾ ਇਸ ਪਿੰਡ 'ਚ ਆਇਆ, ਉਧਰੋਂ ਕੋਈ ਆਪਦਾ ਪਿੰਡ ਪੁੰਡ ਦੇਖਣ ਆਇਆ ਹੋਵੇ? ਨਾ, ਅਸੀਂ ਨਹੀਂ ਵੇਖਿਆ ਕੋਈ ਉਧਰੋਂ ਬੰਦਾ ਕਦੇ ਆਉਂਦਾ ਜਾਂਦਾ, ਕੋਈ ਕਦੇ ਨਹੀਂ ਕਿਸੇ ਨੇ ਦੱਸਿਆ? ਨਹੀਂ 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 ਦੱਸਿਆ, ਨਹੀਂ ਦੱਸਿਆ। ਇਹ ਗੱਲ ਕੋਈ ਨਹੀਂ ਦੱਸੀ ਕਿਸੇ ਨੇ। ਬਿਲਕੁਲ ਬਿਲਕੁਲ। ਤੇ ਇਹਦਾ ਮਤਲਬ ਇਸ ਪਿੰਡ ਦੇ ਵਿੱਚ ਨਾ ਕੋਈ ਗੁਰਦੁਆਰਾ ਤੁਹਾਨੂੰ ਪਤਾ ਨਜ਼ਰ ਆਇਆ, ਤੇ ਨਾ ਕੋਈ ਮੰਦਰ ਨਜ਼ਰ ਆਇਆ, ਇਹੋ ਜਿਹੀ ਕੋਈ ਜਗ੍ਹਾ ਹੈ ਨਹੀਂ ਸੀ? ਹੈ ਨਹੀਂ ਸੀ, ਹੈ ਨਹੀਂ ਸੀ, ਕੋਈ ਨਹੀਂ। ਹਾਂਜੀ, ਅੱਛਾ ਅੱਛਾ ਅੱਛਾ, ਕੋਈ ਨਹੀਂ। ਤੇ ਹੁਣ ਇੱਥੇ ਕਿਵੇਂ ਚੱਲ ਰਿਹਾ ਸਿਸਟਮ ਤੁਹਾਡਾ? ਹੁਣ ਠੀਕ ਚੱਲਦਾ, ਸਾਰਾ ਕੁਝ ਖੁਸ਼ ਆ, ਮਾਮਲਾ ਠੀਕ ਚੱਲ ਰਿਹਾ? ਐਨ ਐਨ ਬਿਲਕੁਲ ਠੀਕ, ਐਨ ਠੀਕ। ਹੋਰ ਤੁਹਾਡੀ ਸਿਹਤ ਤਬੀਅਤ ਹੁਣ ਕਿਵੇਂ? ਵਾਵਾ ਵਾਵਾ, ਸ਼ੁਕਰ ਹੈ, ਵਾਵਾ ਜੀ, ਬਿਲਕੁਲ ਠੀਕ ਆ? ਨਹੀਂ, ਬਿਲਕੁਲ ਠੀਕ ਆ, ਸ਼ੁਕਰ ਹੈ ਲਾਲਾ। ਚਲੋ ਚੰਗਾ, ਠੀਕ ਆ ਹਾਈ ਸਾਹਿਬ, ਖੁਸ਼ ਰਹੋ, ਅਸਲਾਮ ਅਲੈਕੁਮ। ਲੈ ਵੀ ਦੋਸਤੋ, ਚੈਨਲ ਦੇਸ਼ ਪੰਜਾਬ, ਸਾਡਾ ਦੇਸ਼ ਪੰਜਾਬ, ਅਸੀਂ ਪਹੁੰਚੇ ਸੀਗੇ ਅੱਜ ਚੱਕ ਨੰਬਰ 106 ਟੈਨਰ, ਤਹਿਸੀਲ ਅਤੇ ਜ਼ਿਲ੍ਹਾ, ਤਹਿਸੀਲ ਜਹਾਨੀਆਂ, ਜ਼ਿਲ੍ਹਾ ਖਾਨੇਵਾਲ। ਇੱਥੇ ਆਪਣੇ ਬਜ਼ੁਰਗ ਨੂਰ ਮੁਹੰਮਦ ਸਾਹਿਬ ਦੇ ਨਾਲ ਇੱਕ ਮੀਟਿੰਗ ਸੀ, ਜਿਹੜੀ ਇਨਸ਼ਾਅੱਲਾ ਉਹ ਸਾਡੀ ਕੰਪਲੀਟ ਹੋ ਗਈ ਹੈ ਬੈਠਕ, ਇਨਸ਼ਾਅੱਲਾ ਬਾਕੀ ਨਵੀਂ ਕਿਸੇ ਬੈਠਕ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਸਲਾਮ ਅਲੈਕੁਮ।